ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਭਗਵੰਤ ਮਾਨ ਦਾ ਤੇ ਉਹਦੀ ਸਰਕਾਰ ਦਾ ਝੂਠ ਦਾ ਪਰਦਾਫਾਸ਼ ਤਾਂ ਭਾਵੇਂ ਲੋਕ ਰੋਜ਼ ਕਰ ਰਹੇ ਆ, ਚਾਹੇ ਉਹ ਕਿਸਾਨ ਨੇ, ਚਾਹੇ ਉਹ ਇੰਪਲੋਈਜ਼ ਦੀ ਜਥੇਬੰਦੀਆਂ ਨੇ, ਚਾਹੇ ਉਹ ਸਧਾਰਨ ਨਾਗਰਿਕ ਨੇ, ਚਾਹੇ ਉਹ ਬਿਜ਼ਨਸਮੈਨ ਨੇ, ਚਾਹੇ ਉਹ ਪ੍ਰੋਪਰਟੀ ਡਿਵੈਲਪਰਸ ਨੇ, ਹਰ ਵਰਗ ਨੇ ਇਹਨਾਂ ਦੇ ਝੂਠ ਨੂੰ, ਕੇਜਰੀਵਾਲ ਦੀ ਝੂਠ ਦੀਆਂ ਗਾਰੰਟੀਆਂ ਦਾ ਪਰਦਾਫਾਸ਼ ਕੀਤਾ। ਆ ਇੱਕ ਨਵਾਂ ਕਾਗਜ਼ ਮੈਂ ਤੁਹਾਡੇ ਅੱਗੇ ਰੱਖ ਰਿਹਾ, ਜਿੱਥੇ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਮੈਂ ਮਾਹੌਲ ਇਹ ਜਿਹਾ ਬਣਾ ਦੂੰ ਕਿ ਗੋਰੇ ਇੱਥੇ ਕੰਮ ਕਰਨ ਆਉਣਗੇ। ਆ ਜੋੜੇ ਹੱਥ ਭਗਵੰਤ ਮਾਨ ਜੀ, ਗੋਰਿਆਂ ਨੂੰ ਛੱਡੋ, ਆਪਦੇ ਨਿਆਣੇ ਮੋੜ ਲਿਓ ਅਮਰੀਕਾ ਤੋਂ, ਚਲੋ ਉਹ ਵੀ ਛੱਡੋ, ਤੁਸੀਂ ਜਿਹੜੇ ਨਿਆਣੇ ਇੱਥੇ ਨੇ ਉਹਨਾਂ ਨੂੰ 90% ਨੌਕਰੀ ਉਹਨਾਂ ਨੂੰ ਦੇ ਦਿਓ, ਘਰ ਘਰ ਨੌਕਰੀ ਤੁਸੀਂ ਦੇ ਦਿਓ। ਅੱਜ ਹਰ ਸਾਲ 3 ਤੋਂ 5 ਲੱਖ ਜੀ ਪੰਜਾਬੀ ਬਾਹਰ ਜਾ ਰਿਹਾ, ਇੱਕ ਬੱਚਾ 20-20 ਲੱਖ 30-30 ਲੱਖ ਰੁਪਈਆ ਖਰਚ ਰਿਹਾ। ਤੁਸੀਂ ਜਸਟ ਇਮੈਜਿਨ, ਇੱਕ ਬ੍ਰੇਨ ਡਰੇਨ, ਦੂਜੇ ਪਾਸੇ ਪੈਸਿਆਂ ਕਿੰਨਾ ਬਾਹਰ ਜਾ ਰਿਹਾ ਆਪਣੀ ਇਕਾਨਮੀ ਚ, ਜੈਸਾ ਜਿਹੜਾ ਪੈਸਾ ਖਰਚ ਹੋ ਸਕਦਾ ਸੀ ਉਹ ਬਾਹਰਲੀ ਇਕਾਨਮੀ ਚ ਜਾ ਰਿਹਾ। ਸੁਭਾਵਿਕ ਉਹਨਾਂ ਦੀ ਇਕਾਨਮੀ ਨੂੰ ਫਾਇਦਾ ਹੋ ਰਿਹਾ, ਸਾਡੀ ਨੂੰ ਨੁਕਸਾਨ ਹੋ ਰਿਹਾ। ਮਗਰ ਅੱਜ ਇਸ ਗੱਲ ਲਈ ਮੈਂ ਇੱਥੇ ਤੁਹਾਡੇ ਸਾਹਮਣੇ ਰੂਬਰੂ ਹੋ ਰਿਹਾ ਕਿ ਆ ਭਰਤੀ ਹੋਈ ਹੈ 12/7/2022 ਦੀ, ਇਹਦੇ ਚ ਬਿਜਲੀ ਬੋਰਡ ਦੀ ਭਰਤੀ ਹੈ, ਇਹ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੀ ਭਰਤੀ ਹੈ। ਇਹ ਸਾਰੀ ਕੈਂਡੀਡੇਟ, 90% ਕੈਂਡੀਡੇਟ ਜੋ ਮੇਰੇ ਕੋਲ ਲਿਸਟ ਆਈ ਹੈ, ਇਹ ਸਾਰੀ ਰਾਜਸਥਾਨ ਦੇ ਨੇ ਜਾਂ ਬਾਹਰ ਦੇ ਸੂਬੇ ਦੇ ਨੇ। ਤੁਸੀਂ ਤਾਂ ਗੱਲ ਕਰਦੇ ਸੀ ਕਿ ਪੰਜਾਬ ਦੇ ਬੱਚਿਆਂ ਨੂੰ ਨੌਕਰੀ, ਬੱਚੇ ਬੱਚਿਆਂ ਨੂੰ ਨੌਕਰੀ ਦਿਓਗੇ, ਪੰਜਾਬ ਦੇ ਦਾ ਕੀ, ਤੁਸੀਂ ਤਾਂ ਬਾਹਰ ਦੇ ਪੰਜਾਬ ਕੀ ਲਿਆਉਣੇ ਆ। ਹਾਂ ਇਹ ਜ਼ਰੂਰ ਕਰਤਾ ਤੁਸੀਂ ਕਿ ਜਿਹੜੇ ਬਾਹਰਲੇ ਸੂਬੇ ਨੇ, ਰਾਜਸਥਾਨ ਹੋ ਗਿਆ, ਹਰਿਆਣਾ ਹੋ ਗਿਆ, ਜਿੰਨੀ ਭਰਤੀ ਹੋ ਰਹੀ ਹੈ ਉਹਨਾਂ ਨੂੰ ਪਹਿਲ ਮਿਲ ਰਹੀ ਹੈ। ਭਗਵੰਤ ਮਾਨ ਜੀ, ਡੋਮੇਸਾਈਲ ਨੂੰ ਲਾਜ਼ਮੀ ਬਣਾਓ, ਪੰਜਾਬੀ ਨੂੰ ਲਾਜ਼ਮੀ ਬਣਾਓ ਕਿ ਪੰਜਾਬੀ ਬੱਚੇ ਬੱਚੀ ਨੂੰ ਇਹ ਨੌਕਰੀ ਮਿਲੇ। ਜੋ ਤੁਹਾਡੀ ਗਰੰਟੀ ਸੀ, ਜੋ ਤੁਹਾਡਾ ਵਾਅਦਾ ਸੀ, ਤੁਸੀਂ ਕੱਟਰ ਬੇਈਮਾਨੀ ਕਰ ਰਹੇ ਹੋ ਜਿਹੜੀ ਲੋਕਾਂ ਨਾਲ, ਉਹ ਬੰਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।